ਉਹਦੇ ਪਿਓ ਦੀ ਜ਼ਖੀਰ ਥੋੜੀ ਆ ਮੈਂ ਤੁਹਾਨੂੰ ਦੱਸਦਾ ਇੱਕ ਸੀ ਇਮਰਾਨ ਖਾਨ ਉਹ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਤੇ ਇੱਕ ਆਪਣੇ ਦੇਸ਼ ਦਾ ਪ੍ਰਧਾਨ ਮੰਤਰੀ ਮੋਦੀ ਅੱਛਾ ਦੋਨਾਂ 'ਚ ਦੇਖੋ ਬਈ ਕਿਸੇ ਬੰਦੇ ਨੇ ਕਿਹਾ ਬਈ ਇਹਨਾਂ 'ਚ ਫਰਕ ਕੀ ਆ ਉਹ ਕਹਿੰਦਾ ਦੇਖੋ ਬਈ ਜਿਹੜਾ ਇਮਰਾਨ ਖਾਨ ਆ ਉਹ ਕੱਪ ਜਿੱਤ ਕੇ ਪ੍ਰਧਾਨ ਮੰਤਰੀ ਬਣਿਆ ਇਹਦੇ ਆਪਣੇ ਵਾਲਾ ਇਹ ਸਾਰਾ ਕੱਪ ਧੋ ਕੇ ਬਣਿਆ ਬੰਦਾ ਕੱਪ ਧੋਣ ਵਾਲਾ ਉਹ ਤੋਂ ਤੁਸੀਂ ਮਾੜੇ ਕਾਨੂੰਨਾਂ ਦੀ ਉਮੀਦ ਹੀ ਕਰ ਸਕਦੇ ਆ ਓਏ ਇਹ ਗੱਲ ਪੱਕੀ ਆ ਇਹਨਾਂ ਨੂੰ ਵਿਚਾਰਾਂ ਨੂੰ ਪਤਾ ਹੀ ਨਹੀਂ ਉਹ ਗੱਲਾਂ ਛਦਾਈਆਂ ਇਹ ਕੰਮ ਕੀ ਗੱਲ ਮੋਟੀ ਮੋਦੀ ਅਸੀਂ ਘੱਟ ਛਦਾਈ ਆ ਤੈਨੂੰ ਪਤਾ ਹੀ ਨਹੀਂ ਪਤੰਦਰਾ ਜੀ ਕਿੰਨੇ ਛਦਾਈ ਆ ਇੱਟ ਨਾਲ ਇੱਟ ਖੜਕਾ ਦਿਆਂਗੇ ਸਾਡੇ ਗੁਰੂਆਂ ਪੀਰਾਂ ਨੇ ਇਹੀ ਸਿਖਾਇਆ ਬਈ ਜ਼ੁਲਮ ਦੇ ਅੱਗੇ ਝੁਕਣਾ ਨਹੀਂ ਤੇ ਵੈਰੀ ਨੂੰ ਵੱਢਣਾ ਸੋ ਸਾਡਾ ਇਹ ਵੈਰੀ ਆ ਸਾਡਾ ਕਦੋਂ ਤੋਂ ਇਹ ਦੂਸਰਿਆਂ ਬੰਦਿਆਂ ਨੂੰ ਸਾਡੀਆਂ ਜ਼ਮੀਨਾਂ ਯਾਰ ਕਿਸਾਨਾਂ ਦੇ ਇਹਨੂੰ ਦਰਦ ਹੀ ਨਹੀਂ ਪਤਾ ਬਈ ਉਹ ਕਿੱਦਾਂ ਇਹ ਪਾਣੀ ਦੀਆਂ ਬੁਛਾਰਾਂ ਮਾਰਦਾ ਕਮਲਾ ਇਹਨੂੰ ਪਤਾ ਨਹੀਂ ਉਹ ਸੌਰੀ ਦੇ ਤੜਕੇ 4 ਵਜੇ ਅਸੀਂ ਪਾਣੀ ਲਾਉਣ ਜਾਂਦੇ ਉਹ ਠੰਡੇ ਪਾਣੀ 'ਚ ਗੋਡੜੀਆਂ ਲਾ ਕੇ ਅਸੀਂ ਆ ਪਾਣੀ ਲਾਉਂਦੇ ਹਾਂ ਉਹ ਤੂੰ ਕਿਹੜੇ ਬਾਗ ਦੀ ਮੁੰਡੀ ਆ ਉਹ ਪੁੱਤ ਤੂੰ ਚਾਹੇ ਟੈਂਕਰ ਲੈ ਆਈ ਉਹ ਤੋਪਾਂ ਅੱਗੇ ਵੀ ਖੜ ਜਾਂਗੇ ਯਾਰ ਕਿਹੜੀ ਗੱਲ ਆ ਪਰ ਤੈਨੂੰ ਇਹ ਪੁੱਤ ਕਾਨੂੰਨ ਵਾਪਸ ਕਰਾਉਣੇ ਪੈਣੇ ਆ ਇਹ ਤੈਨੂੰ ਦੱਸ ਦਿੰਦੇ ਆ ਸੋ ਇਸੇ ਕਰਕੇ ਇਹ ਬਣ ਜਾਂਦੇ ਆ ਸੋ ਉਹ ਬਾਈ ਇੱਕ ਮਿੰਟ ਬਹਿ ਜਾਓ ਯਾਰ ਇੱਕ ਮਿੰਟ ਬੈਠੋ ਆ ਭੈਣ ਬਹਿ ਜਾ ਇਹ ਬੀਬੀ ਉਹ ਬਹਿ ਜਾਓ ਭੈਣ ਜੀ ਬਹਿ ਜਾਓ ਇਹਨੂੰ ਸ਼ਾਂਤੀ ਪੂਰਵਕ ਨਾ ਇੱਕ ਤਾਂ ਤੁਸੀਂ ਕੋਈ ਗੱਲ ਨਹੀਂ ਮੈਂ 2 ਮਿੰਟ ਹੀ ਬੋਲਣੇ ਆ ਸਿਰਫ ਇੱਕ ਚੁਟਕਲਾ ਤੁਹਾਨੂੰ ਸੁਣਾਉਣਾ ਲੀਡਰਾਂ ਦਾ ਉਸ ਤੋਂ ਬਾਅਦ ਮੈਂ ਇੱਕ ਵਾਰੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕੀ ਬਾਤ ਆ ਮੈਂ ਸਲਿਊਟ ਕਰਦਾ ਆਹ ਦੇਖੋ ਇਹ ਸਲਿਊਟ ਮੈਂ ਉਹਦੇ ਮੂੰਹ ਤੇ ਵੀ ਮਾਰਨਾ ਇਹੋ ਜਿਹਾ ਬਾਂਦਰ ਪ੍ਰਧਾਨ ਮੰਤਰੀ ਚੁਣ ਲਿਆ ਇਹ ਮੈਨੂੰ ਕਈ ਬੰਦੇ ਕਹਿੰਦੇ ਵੀ ਇੱਦਾਂ ਨਾ ਬੋਲਿਆ ਕਰ ਮੈਂ ਕਿਹਾ ਯਾਰ ਦਿਲ ਬਲੂੰਦ ਰਿਹਾ ਮੈਂ ਇੰਗਲੈਂਡ ਗਿਆ ਸੀ ਅਸੀਂ ਉੱਥੇ ਇਕੱਠੇ ਸੀਗੇ ਪਰ ਯਾਰ ਜਦੋਂ ਅਸੀਂ ਦੇਖਦੇ ਸੀ ਬਜ਼ੁਰਗਾਂ ਦੇ ਆਹ ਜਿਹੜੀ ਪੁਲਿਸ ਆ ਇਹਨੂੰ ਵੀ ਸ਼ਰਮ ਆਉਣੀ ਚਾਹੀਦੀ ਆ ਦੇਖੋ ਬਜ਼ੁਰਗਾਂ ਦੇ ਲਾਠੀਆਂ ਮਾਰਦੇ ਤੇ ਸਾਡੀ ਕੌਮ ਦੇ ਪਹਿਰੇਦਾਰ ਸਰਦਾਰ ਗਾਤਰੇ ਪਾ ਕੇ ਐਡੇ ਦਾੜੇ ਛੱਡ ਕੇ ਇਹਨਾਂ ਨੂੰ ਕਹਿੰਦੇ ਲੰਗਰ ਛਕੋ ਕੋਈ ਕਹਿੰਦੀ ਰਿਪੋਰਟ ਤਾਂ ਜਿਹੜੀ ਤੁਸੀਂ ਲਾਉਣੀ ਲਾ ਹੀ ਦੇਣੀ ਆ ਇਹੋ ਜਿਹੀ ਕੌਮ ਇਹ ਸਾਡੇ ਹਿੱਸੇ ਆਈ ਆ ਇਹੋ ਜਿਹੀ ਕੌਮ ਹੁਣ ਮੈਂ ਤੁਹਾਨੂੰ ਇੱਕ ਚੁਟਕਲਾ ਸੁਣਾਉਣਾ ਭਾਜੀ ਇੱਕੋ ਹੀ ਸੁਣਾਉਂਗਾ ਸਿਰਫ ਹਸਾਉਣ ਵਾਲਾ ਔਰ ਉਸ ਪਾਗਲ ਬੰਦੇ ਨੂੰ ਸ਼ਾਇਦ ਪਤਾ ਲੱਗ ਜਾਏ